ਇਹ ਹਾਈਬ੍ਰਿਡ ਬੀ ਹੈ ਭਿੰਡੀ ਦਾ, ਅਤੇ ਬਕਾਇਆ ਤਾਂ ਇਹੀ ਅਸੀਂ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਦਿਖਾਵਾਂਗੇ ਇਹਦੇ ਲਾਉਣ ਦਾ ਤਰੀਕਾਕਾਰ, ਕਿਉਂਕਿ ਸਰਦੀ ਹੈ ਅਤੇ ਸਰਦੀ ਦੀ ਵਜ੍ਹਾ ਤੋਂ ਹੁਣ ਅਸੀਂ ਇਹਨੂੰ ਗਲਾਸਾਂ 'ਚ ਲਾਵਾਂਗੇ। ਹੈਲੋ ਜੀ, ਆ ਜਮਨੇ ਜੀ ਹਾਈਬ੍ਰਿਡ ਭਿੰਡੀ ਕਾ ਬੀ ਲੈ ਕੇ ਆਏ ਹੈ, ਠੀਕ ਹੈ ਜੀ। ਇਹ ਸਾਰਿਆਂ ਦੇ ਜੇ ਅਸੀਂ ਭਿੰਡੀ ਦਾ ਬੀ ਲਾਇਆ ਵੀ ਜਿੰਨਾ ਵੀ ਇਹ ਤੁਸੀਂ ਸਮਝਦੇ ਹੋਵੋਗੇ ਕਿ ਤਕਰੀਬਨ ਕੋਈ ਚਾਹ ਜਾਂ ਕੌਫੀ ਹੈ, ਉਹ ਨਹੀਂ ਹੈ। ਇਹਨਾਂ ਦੇ ਵਿੱਚ ਅਸੀਂ ਗੋਬਰ ਅਤੇ ਮਿੱਟੀ ਮਿਕਸ ਕਰਕੇ ਗਲਾਸਾਂ 'ਚ ਪਾ ਦਿੱਤੀ ਹੈ, ਹਾਈਬ੍ਰਿਡ ਬੀ ਲੈ ਕੇ ਆਏ ਹਾਂ ਅਤੇ ਹਾਈਬ੍ਰਿਡ ਜਿਹੜਾ ਬੀ ਹੈ ਉਹ ਇਹਦੇ ਵਿੱਚ ਲਾ ਦਿੱਤਾ। ਇਹਦੇ ਵਿੱਚ ਅਸੀਂ ਹੁਣ ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਇਹਦੇ ਉੱਤੇ ਛਾਪਰ ਪਾ ਦਿਆਂਗੇ, ਠੀਕ ਹੈ। ਅਤੇ ਨਾਲ ਨਾਲ ਤੁਹਾਨੂੰ ਵੀਡੀਓ ਦੇ ਵਿੱਚ ਇਨਸ਼ਾਅੱਲਾ ਦਿਖਾਉਂਦੇ ਰਹਾਂਗੇ। ਅਤੇ ਜਦੋਂ ਅਸੀਂ ਭਿੰਡੀ ਲਾਵਾਂਗੇ ਤਾਂ ਭਿੰਡੀ ਦਾ ਬੀ ਇਨਸ਼ਾਅੱਲਾ ਤੁਹਾਨੂੰ ਜਦੋਂ ਭਿੰਡੀ ਹੋਏਗੀ ਨਾ ਉਦੋਂ ਤੁਹਾਨੂੰ ਵਹਾਵਾਂਗੇ। ਬੜੀ ਬਿਹਤਰੀਨ ਔਰ ਸਪੈਸ਼ਲ ਭਿੰਡੀ ਮੈਂ ਲੈ ਕੇ ਆਇਆ, ਜ਼ਬਰਦਸਤ ਬੀ, ਇੱਕ ਨੰਬਰ ਦੇਸੀ ਬੀ ਲੈ ਕੇ ਆਇਆ ਹਾਈਬ੍ਰਿਡ। ਹਾਂ, ਸਰਾਖ ਕੀਤੇ ਸੀ ਲੇਕਿਨ ਇਹ ਸਾਨੂੰ ਟੋਟਲ ਤਕਰੀਬਨ ਕੋਈ 250-250 ਦੇ ਗਲਾਸ ਸਾਰੇ ਮਿਲੇ ਨੇ, ਠੀਕ ਹੈ। ਤਕਰੀਬਨ 50-55 ਗਲਾਸ ਇਹ 250-250 ਦਾ ਹਾਂ ਲਿਆ। ਸਰਾਖ ਜ਼ਿਆਦਾ ਵੱਡੇ ਨਾ ਕਰ, ਬਸ ਹਲਕੇ ਹਲਕੇ ਸਰਾਖ ਕਰਕੇ ਤਾਂ ਕਿ ਥੱਲੋਂ ਹਵਾ ਪੈਂਦੀ ਰਹੇ, ਬਸ ਠੀਕ ਹੈ। ਇਹ ਅਸੀਂ ਟੇਬਲ 'ਤੇ ਥੱਲੇ ਲਾ ਕੇ ਉੱਤੇ ਜਿਹੜੀ ਨਾ ਪੋਲੀਥੀਨ ਪਾ ਦਿਆਂਗੇ, ਪੋਲੀਥੀਨ ਪਾਵਾਂਗੇ ਅਤੇ ਇਹਦੇ ਵਿੱਚ ਫਿਰ ਗਰਮੈਸ਼ ਨੂੰ ਮਿਲੇਗੀ, ਫਿਰ ਬੀ ਜਿਹੜਾ ਨਾ ਜਲਦੀ ਹੋਏਗਾ ਕਿਉਂਕਿ ਅੱਗੋਂ ਗਰਮੀ ਆ ਰਹੀ ਹੈ ਅਤੇ ਇਸ ਵਜ੍ਹਾ ਤੋਂ। ਅਤੇ ਉਹ ਅਸੀਂ ਜਿਹੜਾ ਨਾ ਬਕਾਇਆ ਉਹ ਇਹਦੇ ਵਾਸਤੇ ਜ਼ਮੀਨ ਤਿਆਰ ਕਰ ਦਿੱਤੀ, ਮੈਂ ਥੋੜ੍ਹੀ ਜਿਹੀ ਤੁਹਾਨੂੰ ਜ਼ੂਮ ਕਰਕੇ ਵਿਖਾ ਦਿੰਦਾ ਵਾਂ। ਇਹ ਤੁਹਾਨੂੰ ਜਿਹੜਾ ਦੋ ਖੇਤ ਸਾਹਮਣੇ ਨਜ਼ਰ ਆ ਰਹੇ ਨੇ ਇਹਨਾਂ ਦੇ ਵਿੱਚ ਜਿਹੜਾ ਇਹਦੇ ਵਾਲਾ ਖੇਤ, ਇਹਦੇ ਵਿੱਚ ਅਸੀਂ ਲਾਵਾਂਗੇ ਜ਼ਮੀਨ ਤਿਆਰ ਕੀਤੀ ਹੈ ਭਿੰਡੀ ਵਾਸਤੇ। ਅਸਲ ਕਿ ਅਭੀ ਸਰਦੀ ਕਾ ਮੌਸਮ ਹੈ ਤੋ ਸਰਦੀ ਕੀ ਵਜ੍ਹਾ ਸੇ ਨਾ ਯੇ ਅਗਰ ਹਮ ਡਾਇਰੈਕਟ ਜ਼ਮੀਨ ਮੇਂ ਲਗਾਤੇ ਤੋ ਯੇ ਜਲ ਜਾਤਾ ਬੀਜ, ਠੀਕ ਹੈ, ਬਿਲਕੁਲ ਵੀ ਇਸਕੀ ਗਰੋਥ ਵਗੈਰਾ ਕੁਛ ਵੀ ਨਾ ਹੋਤਾ, ਠੀਕ ਹੈ। ਇਸੀ ਲਈ ਹਮ ਇਸਕੋ ਗਲਾਸੋਂ ਮੇਂ ਲਗਾ ਕੇ ਇਸਕੇ ਨੀਚੇ ਰੱਖੇਂਗੇ ਔਰ ਤਾਂ ਕਿ ਇਸਕੋ ਗਰਮੈਸ਼ ਵਗੈਰਾ ਮਿਲੇਗੀ ਤੋ ਫਿਰ ਯੇ ਜਲਦੀ ਜੋ ਬੀਜ ਹੈ ਨਾ ਯੇ ਗਰੋਥ ਕਰੇਗਾ, ਠੀਕ ਹੈ ਜੀ। ਤੋ ਗਲਾਸ ਯੇ ਗਲਾਸੀ ਜੋ ਡਿਸਪੋਜ਼ੇਬਲ ਕੱਪ ਹੈ ਯੇ ਲੈ ਕੇ ਆ ਰਿਹਾ। ਅਸਲ ਕਿ ਇਸਕਾ ਇੱਕ ਸਾਂਚਾ ਹੋਤਾ ਹੈ ਪੂਰਾ ਬੀਜ ਪਨੀਰੀ ਲਗਾਉਣੇ ਕਾ, ਠੀਕ ਹੈ। ਲੇਕਿਨ ਹਮਨੇ ਵੋ ਸਾਂਚੇ ਤੋਂ ਨਹੀਂ ਖਰੀਦੇ, ਖੈਰ ਇਹ ਹਮੇ ਸਸਤੇ ਪੜ ਗਏ ਥੇ, ਇਸੀ ਵਜ੍ਹਾ ਸੇ ਹਮਨੇ ਸਾਰਾ ਜੋ ਬੀਜ ਹੈ ਨਾ ਹਾਈਬ੍ਰਿਡ ਵੋ ਇਸਮੇਂ ਲਗਾਇਆ ਹੈ, ਠੀਕ ਹੈ। ਬੀ ਹਮ ਇਸਕੋ ਦੇਂਗੇ ਗਰਮੈਸ਼, ਗਰਮੈਸ਼ ਕੀ ਵਜ੍ਹਾ ਸੇ ਯੇ ਜਲਦੀ ਬਾਹਰ ਨਿਕਲੇਗਾ, ਠੀਕ ਹੈ। ਯੇ ਗਰੋਥ ਕਰੇਗਾ ਬੀਜ ਜੋ ਇਸਕਾ, ਠੀਕ ਹੈ, ਫੁੱਲੇਗਾ, ਗਰਮੈਸ਼ ਮਿਲੇਗੀ, ਇਸਕੇ ਜੋ ਬੀਜ ਕਾ ਮੂੰਹ ਹੋਤਾ ਹੈ ਵੋ ਖੁੱਲੇਗਾ ਔਰ ਜਲਦੀ ਯੇ ਬਾਹਰ ਨਿਕਲੇਗਾ, ਠੀਕ ਹੈ ਜੀ। ਤੋ ਇਨਸ਼ਾਅੱਲਾ ਸਾਥ ਸਾਥ ਹਮ ਆਪਕੋ ਵੀਡੀਓ ਮੇਂ ਦਿਖਾਤੇ ਵੀ ਰਹੇਂਗੇ, ਠੀਕ ਹੈ ਜੀ। ਇਹ ਭਿੰਡੀ ਦਾ ਬੀ ਹੈ ਹਾਈਬ੍ਰਿਡ ਅਤੇ ਬਕਾਇਆ ਸਾਰੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਹਾਂ, ਇਹ ਤੁਸੀਂ ਦੇਖ ਸਕਦੇ ਹੋ, ਠੀਕ ਹੈ। ਪਾਣੀ ਪਾ ਕੇ ਆਹਾਂ ਢੱਕਣ ਬੰਦ ਕਰਕੇ ਅਤੇ ਭਿੰਡੀ ਦੇ ਰੱਖ ਦਿੱਤੇ ਨੇ, ਹਜੇ ਹੋਰ ਵੀ ਨੇ ਪਿੱਛੇ ਤਕਰੀਬਨ ਕੋਈ ਜ਼ਿਆਦਾ ਨੇ ਅਸੀਂ ਲਿਆਉਂਦੇ ਨੇ ਅਤੇ ਤਕਰੀਬਨ ਕੋਈ ਮੈਂ 500 ਦਾ ਬੀ ਲੈ ਕੇ ਆਇਆ ਸਾਂ, ਠੀਕ ਹੈ, ਹਾਈਬ੍ਰਿਡ ਦਾ। ਇਹਦੇ 'ਤੇ ਅਸੀਂ ਛਾਪਰ ਛੁਪਰ ਪਾ ਕੇ ਤਾਂ ਰੱਖ ਦਿਆਂਗੇ, ਤਕਰੀਬਨ 4-5 ਦਿਨਾਂ ਬਾਅਦ ਖੋਲ੍ਹ ਕੇ ਵੇਖਾਂਗੇ, ਨਾਲ ਤੁਹਾਨੂੰ ਵੀਡੀਓ 'ਤੇ ਵੀ ਵਿੱਚ ਵਹਾਵਾਂਗੇ ਇਨਸ਼ਾਅੱਲਾ, ਠੀਕ ਹੈ, ਅੱਲਾ ਦੇ ਫਜ਼ਲ ਨਾਲ। ਅਤੇ ਇਹ ਤੁਸੀਂ ਚੈੱਕ ਕਰ ਸਕਦੇ ਹੋ ਇਹ ਅਖਲਾਕ ਅਤੇ ਗੁਲਫਾਮ ਲੱਗੇ ਨੇ, ਠੀਕ ਹੈ। ਭਿੰਡੀ ਜਿਹੜੀ ਨਾ ਭਿੰਡੀ ਦੇ ਵਿੱਚ ਗਲਾਸਾਂ 'ਚ ਪਾਣੀ ਪਾ ਪਾ ਕੇ ਉੱਤੇ ਢੱਕਣ ਲਾ ਕੇ ਰੱਖੀ ਜਾਣ ਦੇ ਹਾਂ, ਠੀਕ ਹੈ। ਅਤੇ ਕਿਉਂਕਿ ਇਹ ਜਿਹੜੀ ਨਾ ਸਰਦੀ ਹੁਣ ਪੈ ਰਹੀ ਹੈ ਇਸਲਾਮਾਬਾਦ ਦੇ ਵਿੱਚ, ਅਤੇ 5-6 ਦਿਨ ਕਿਉਂਕਿ ਇਸ ਵਜ੍ਹਾ ਤੋਂ ਕਿ ਸਰਦੀ ਹੈ ਅਤੇ ਸਰਦੀ ਦੀ ਵਜ੍ਹਾ ਤੋਂ ਨਹੀਂ ਹੋਣ ਲੱਗਾ, ਤਕਰੀਬਨ ਥੱਲੇ ਇੱਥੇ ਤਕਰੀਬਨ 10-15 ਦਿਨ ਪਏ ਰਹਿਣਗੇ ਜਦੋਂ ਭਿੰਡੀ ਨਿਕਲੇਗੀ ਜ਼ਮੀਨ ਦੇ ਵਿੱਚੋਂ, ਠੀਕ ਹੈ। ਅਤੇ ਅਸੀਂ ਇਹਨਾਂ ਦੇ ਗਲਾਸ ਲਾਹ ਦਿਆਂਗੇ, ਫਿਰ ਇੰਝ ਥੱਲੇ ਗਰਮੈਸ਼ ਦੇ ਵਿੱਚ ਇਹ ਛਾਪਰ ਅਸੀਂ ਸਾਈਡਾਂ 'ਤੇ ਪਾ ਦਿਆਂਗੇ ਅਤੇ ਗਰਮੈਸ਼ ਰਹੇਗੀ ਅਤੇ ਫਿਰ ਇਹ ਸਹੀ ਨਿਕਲ ਆਉਣਗੇ, ਫਿਰ ਉੱਤੋਂ ਢੱਕਣ ਲਾਹ ਦਿਆਂਗੇ, ਫਿਰ ਜਦੋਂ ਤਕਰੀਬਨ 2-2 ਟਾਈਟਾ ਇੰਚ ਹੋ ਜਾਏਗੀ ਫਿਰ ਅਸੀਂ ਕੱਢ ਕੇ ਜ਼ਮੀਨ 'ਚ ਲਾਈ ਜਾਂਗੇ। ਉਸ ਤੋਂ ਇਹ ਵੇ ਕਿ ਉਸ ਉਨੀ ਦੇਰ ਨੂੰ ਸਰਦੀ ਵੀ ਬਿਲਕੁਲ ਘੱਟ ਹੋ ਜਾਏਗੀ ਅਤੇ ਫਿਰ ਅਸੀਂ ਇਹਨੂੰ ਜ਼ਮੀਨ ਦੇ ਵਿੱਚ ਗੱਡ ਦਿਆਂਗੇ ਤਾਂ ਕਿ ਫਿਰ ਇਹ ਪੌਦੇ ਤਿਆਰ ਹੋ ਜਾਣਗੇ, ਨਾਲ ਨਾਲ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਂਦੇ ਰਹਾਂਗੇ, ਠੀਕ ਹੈ ਜੀ। ਸਿਆਣੇ ਸੱਚ ਆਉਂਦੇ ਨੇ ਕਿ ਰੋਜ਼ੀ ਕਮਾਉਣੀ ਬੜੀ ਔਖੀ ਹੈ। ਇਹ ਵੇਖੋ ਜੀ, ਬੰਦਾ ਚੜ੍ਹਿਆ ਆਏ ਅਤੇ ਸ਼ੀਸ਼ੇ ਸਾਫ਼ ਕਰ ਰਿਹਾ ਅਤੇ ਆਪਣੀ ਰੋਜ਼ੀ ਕਮਾ ਰਿਹਾ। ਮੈਂ ਥੋੜ੍ਹਾ ਜਿਹਾ ਕੈਮਰਾ ਜ਼ੂਮ ਕਰਕੇ ਤੁਹਾਨੂੰ ਦਿਖਾਉਂਦਾ ਵਾਂ, ਇਹ ਦੇਖੋ, ਠੀਕ ਹੈ ਜੀ, ਇਹ ਤੁਸੀਂ ਚੈੱਕ ਕਰ ਸਕਦੇ ਹੋ।